ਬਿਗ ਬੌਸ ਸ਼ੋਅ ਦਾ ਜੇਤੂ ਮੁਨੱਵਰ ਫਾਰੂਕੀ ਹੁਣ ਸੁਰਖੀਆਂ ਦੇ ਵਿੱਚ ਹੈ। ਦੱਸ ਦਈਏ ਕਿ ਮੁਨੱਵਰ ਫਾਰੂਕੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਇੱਕ ਹੁੱਕਾ ਪਾਰਲਰ ਦੇ ਵਿੱਚ ਰੇਡ ਕੀਤੀ ਗਈ ਸੀ, ਜਿੱਥੇ ਮੁਨੱਵਰ ਫਾਰੂਕੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਜੋ ਹੁੱਕਾ ਪਾਰਲਰ ਹੈ ਉੱਥੇ ਜੋ ਪਾਬੰਦੀ ਸ਼ੁਦਾ ਚੀਜ਼ਾਂ ਨੇ ਉਹ ਵਰਤਾਈਆਂ ਜਾ ਰਹੀਆਂ ਨੇ, ਤਾਂ ਉਸ ਦੇ ਆਧਾਰ ਦੇ ਉੱਤੇ ਜਦੋਂ ਪੁਲਿਸ ਨੇ ਹੁੱਕਾ ਪਾਰਲਰ ਦੇ ਵਿੱਚ ਰੇਡ ਕੀਤੀ ਤਾਂ ਉੱਥੇ ਬਿੱਗ ਬੌਸ ਸ਼ੋਅ ਦਾ ਵਿਨਰ ਮੁਨੱਵਰ ਫਾਰੂਕੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਹਾਲਾਂਕਿ ਪੁੱਛਗਿੱਛ ਤੋਂ ਬਾਅਦ ਮੁਨੱਵਰ ਨੂੰ ਨੋਟਿਸ ਦੇ ਕੇ ਰਿਹਾ ਕਰ ਦਿੱਤਾ ਗਿਆ। ਦੱਸ ਦਈਏ ਕਿ ਬਿੱਗ ਬੌਸ ਸੀਜ਼ਨ 17 ਦਾ ਵਿਨਰ ਰਹਿ ਚੁੱਕਾ ਮੁਨੱਵਰ ਫਾਰੂਕੀ, ਅਤੇ ਇਸ ਦੇ ਨਾਲ ਹੀ ਜਦੋਂ ਰੇਡ ਕੀਤੀ ਗਈ ਤਾਂ 14 ਹੋਰ ਲੋਕਾਂ ਨੂੰ ਵੀ ਫੜਿਆ ਗਿਆ ਸੀ, ਜਿਨ੍ਹਾਂ ਨੂੰ ਨੋਟਿਸ ਦੇ ਕੇ ਰਿਹਾ ਕਰ ਦਿੱਤਾ। ਤਾਂ ਵੱਡੀ ਕਾਰਵਾਈ ਮੁੰਬਈ ਪੁਲਿਸ ਦੇ ਵੱਲੋਂ ਦੇਖਣ ਨੂੰ ਮਿਲੀ ਹੈ, ਜਿਸ ਦੇ ਵੱਲੋਂ ਇੱਕ ਹੁੱਕਾ ਪਾਰਲਰ ਦੇ ਵਿੱਚ ਰੇਡ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਹੁੱਕਾ ਪਾਰਲਰ ਦੇ ਵਿੱਚ ਜੋ ਨਜਾਇਜ਼ ਤੌਰ ਦੇ ਉੱਤੇ ਚੀਜ਼ਾਂ ਨੇ ਉਹ ਵਰਤਾਈਆਂ ਜਾ ਰਹੀਆਂ ਨੇ, ਜਿਸ ਦੇ ਉੱਤੇ ਪਾਬੰਦੀ ਲੱਗੀ ਹੈ, ਤਾਂ ਉਸ ਸੰਬੰਧੀ ਜਦੋਂ ਪੁਲਿਸ ਨੇ ਜਾਂਚ ਕਰਨ ਦੇ ਲਈ ਰੇਡ ਕੀਤੀ ਤਾਂ ਉੱਥੇ ਬਿੱਗ ਬੌਸ ਸ਼ੋਅ ਦਾ ਵਿਨਰ ਮੁਨੱਵਰ ਫਾਰੂਕੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਮੁੰਬਈ ਪੁਲਿਸ ਨੇ ਹੁੱਕਾ ਬਾਰ ਤੋਂ ਹਿਰਾਸਤ ਦੇ ਵਿੱਚ ਲਿਆ ਸੀ ਅਤੇ ਪੁਲਿਸ ਨੇ ਹੁੱਕਾ ਬਾਰ ਦੇ ਵਿੱਚ ਰੇਡ ਕੀਤੀ ਸੀ। ਰੇਡ ਦੇ ਦੌਰਾਨ ਕੁੱਲ 14 ਲੋਕਾਂ ਨੂੰ ਫੜਿਆ ਗਿਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਮੁਨੱਵਰ ਨੂੰ ਵੀ ਨੋਟਿਸ ਦੇ ਕੇ ਛੱਡ ਦਿੱਤਾ ਗਿਆ। ਤਾਂ ਮੁੰਬਈ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਸੀ। ਮੁਨੱਵਰ ਫਾਰੂਕੀ ਬਿੱਗ ਬੌਸ ਸੀਜ਼ਨ 17 ਦਾ ਵਿਨਰ ਰਹਿ ਚੁੱਕਾ ਹੈ।